ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਦਸ਼ਮੇਸ਼ ਸਿੰਘ ਸਭਾ ਕੋਲਨ ਜਰਮਨੀ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਜਥਾ ਕੈਨੇਡਾ ਤੋਂ ਬੱਸ ਰਾਹੀਂ ਚੱਲਿਆ ਹੈ 550ਵਾਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਮੁੱਖ ਰੱਖ ਕੇ ਅਸੀਂ ਉਹਨਾਂ ਨੂੰ ਆਇਆਂ ਨੂੰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਅਸੀਂ ਸਾਰੀਆਂ ਸੰਗਤਾਂ ਵੱਲੋਂ ਜਰਮਨ ਦੀਆਂ ਕੋਲਨ ਦੀਆਂ ਸਾਰੀਆਂ ਸਮੁੱਚੀਆਂ ਸੰਗਤਾਂ ਵੱਲੋਂ ਉਹਨਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ। ਜਿਹੜਾ ਕਿ ਇਹਨਾਂ ਨੇ ਬਹੁਤ ਹੀ ਇਹ ਉਪਰਾਲਾ ਜੋ ਕੀਤਾ ਹੈ ਸਾਡੇ ਮਾਣਯੋਗ ਫਰਾਂਸ ਤੋਂ ਭਾਈ ਸ਼ਿਕਾਰਾ ਸਿੰਘ ਜੀ ਮਾਨ, ਜਿਨ੍ਹਾਂ ਨੇ ਸਾਡੇ ਨਾਲ ਇਸ ਗੱਲ ਦੇ ਲਈ ਸਾਰੇ ਵਿਚਾਰ ਕੀਤੇ ਔਰ ਦੱਸਿਆ, ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਇਹੋ ਹੀ ਉਪਰਾਲੇ ਹਨ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਜੋ ਸਮਰਪਿਤ ਹਨ। ਇਹ ਸਮੁੱਚੀ ਕੌਮ ਦੇ ਲਈ ਇੱਕ ਭਲੇ ਦੀ ਗੱਲ ਹੈ, ਜਿਵੇਂ ਕਿ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਦੇ ਵਿੱਚ ਵੀ ਸਾਰੀਆਂ ਜਗ੍ਹਾ ਦੇ ਉੱਪਰ ਮੁਲਕਾਂ ਦੇ ਵਿੱਚ ਜਾ ਕੇ ਆਪਣਾ ਉਪਦੇਸ਼ ਦਿੱਤਾ। ਜੋ ਇਹ ਸਾਡੇ ਕੈਨੇਡਾ ਤੋਂ ਸਿੰਘ ਸਾਡੀਆਂ ਭੈਣਾਂ ਬੀਬੀਆਂ ਉੱਥੋਂ ਇਹ ਬੱਸ ਦਾ ਜੋ ਕਾਫਲਾ ਹੈ ਬਣਾ ਕੇ ਚੱਲੇ ਹਨ, ਅਸੀਂ ਇਹਨਾਂ ਨੂੰ ਜਰਮਨ ਪਹੁੰਚਣ 'ਤੇ ਜੀ ਆਇਆਂ ਕਹਿੰਦੇ ਹੋਏ ਸਾਰਿਆਂ ਨੂੰ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ, ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਦਾ ਜੋ ਇਹ ਸਫ਼ਰ ਹੈ ਜੋ ਕਿ ਪਾਕਿਸਤਾਨ ਜਾ ਕੇ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਜਾ ਕੇ ਇਹਨਾਂ ਦੀ ਉੱਥੇ ਜੋ ਹੈ ਯਾਤਰਾ ਸਫਲ ਹੋਣੀ ਹੈ, ਅਤੇ ਅਸੀਂ ਸਤਿਗੁਰ ਅੱਗੇ ਅਰਦਾਸ ਕਰਦੇ ਕਿ ਇਹਨਾਂ ਦੀ ਇਹ ਜੋ ਯਾਤਰਾ ਇਹ ਹੈ ਸਫਲ ਹੋਵੇ। ਅਸੀਂ ਅਰਦਾਸ ਕਰਦੇ ਹਾਂ ਸੱਚੇ ਦਿਲੋਂ, ਇਹਨਾਂ ਨੇ ਇਹ ਬਹੁਤ ਵੱਡਾ ਜੋ ਉਪਰਾਲਾ ਹੈ ਦੁਨੀਆ ਨੂੰ ਦੱਸਣ ਵਾਸਤੇ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਇਕੱਲੇ ਇਕੱਲੇ ਕੰਟਰੀ ਦੇ ਵਿੱਚ ਦਿੰਦਿਆਂ ਹੋਇਆਂ ਇਹਨਾਂ ਨੇ ਉੱਥੇ ਪਹੁੰਚਣਾ ਹੈ, ਅਤੇ ਅਸੀਂ ਇਹਨਾਂ ਦਾ ਫਿਰ ਅਖੀਰ 'ਤੇ ਸਾਰੀਆਂ ਸੰਗਤਾਂ ਵੱਲੋਂ ਜਰਮਨ ਦੀਆਂ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਜੀ ਆਇਆਂ ਕਹਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸ ਦਾ ਨਾਮ ਗੁਰਚਰਨ ਸਿੰਘ ਬਣਵਾਇਆ ਤਾਂ ਅਸੀਂ ਕੈਨੇਡਾ ਤੋਂ ਦੀ ਧਰਤੀ ਤੋਂ ਚੱਲ ਕੇ ਅੱਜ ਕੋਲਨ ਗੁਰੂ ਘਰ ਦੇ ਵਿੱਚ ਪਹੁੰਚਿਆ। ਇੱਥੇ ਪਹੁੰਚ ਕੇ ਜੋ ਸਾਨੂੰ ਪ੍ਰਬੰਧਕ ਕਮੇਟੀ ਨੇ ਜੋ ਸਤਿਕਾਰ ਦਿੱਤਾ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਅਸੀਂ ਇਸੇ ਤਰ੍ਹਾਂ ਸਾਡੀ ਅਰਦਾਸ ਕਰਨੀ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਕੇ ਆਪਣੇ ਚਰਨਾਂ ਦੇ ਵਿੱਚ ਲੈ ਕੇ ਜਾਣ, ਜੋ ਤੀਜਾ ਪੰਥਕ ਵਾਸਤੇ ਅਸੀਂ ਰਚਿਆ ਹੈ। ਸਾਡੀ ਅਰਦਾਸ ਹੈ ਪੰਥ ਲਈ ਜੀਣਾ, ਪੰਥ ਲਈ ਮਰਨਾ, ਅਤੇ ਵਾਹਿਗੁਰੂ ਬਖਸ਼ਿਸ਼ ਕਰਨ। ਤੁਹਾਡੀਆਂ ਅਰਦਾਸਾਂ ਦਾ ਸਦਕਾ ਅਸੀਂ ਉੱਥੇ ਪਹੁੰਚ ਸਕਦੇ ਹਾਂ। ਬਾਕੀ ਤੁਹਾਡਾ ਸਹਿਯੋਗ ਚਾਹੀਦਾ, ਹਰ ਇੱਕ ਪੱਖੋਂ ਸਾਨੂੰ ਸਹਿਯੋਗ ਚਾਹੀਦਾ ਤਾਂ ਕਿ ਆਪਾਂ ਰਲ ਮਿਲ ਕੇ ਇੱਕ ਵਰਲਡ ਪੀਸ ਦਾ ਨਾਰਾ ਲਾਈਏ, ਜੋ ਕਿ ਇੱਕ ਵਰਲਡ ਦੇ ਵਿੱਚ ਦੱਸ ਸਕੀਏ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਇੱਕ ਮਿਸ਼ਨ ਕੀ ਸੀਗਾ, ਉਸ ਮਿਸ਼ਨ ਨੂੰ ਲੈ ਕੇ ਅਸੀਂ ਤੁਰਿਆ। ਤੁਹਾਡੀਆਂ ਅਰਦਾਸਾਂ ਦਾ ਸਦਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਓਲੇ ਸੋਨਿਹਾਰ ਜੀ ਕੀ ਫਤਿਹ।